ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਲਖਨੌਰ ਪਿੰਡ ਤੋਂ ਮੋਹਾਲੀ ਦੇ ਨੇੜੇ ਜਿਹੜਾ ਉੱਥੋਂ ਆਏ ਹਾਂ। ਤੁਹਾਡਾ ਹਰਿਆਣੇ ਵਾਲੇ ਛੋਟੇ ਵੀਰਾਂ ਦਾ ਧਰਨਾ ਵੇਖ ਕੇ ਅਸੀਂ ਬਾਗੋ ਬਾਗ ਹੋ ਗਏ। ਬਾਕੀ ਜਿਹੜਾ ਹਰਿਆਣੇ ਨੇ ਪੰਜਾਬ ਦਾ ਸਾਥ ਦਿੱਤਾ ਹੈ, ਮੈਂ ਨਹੀਂ ਕਹਿੰਦਾ ਕੋਈ ਪੰਜਾਬੀ ਸਾਰੀ ਉਮਰ 'ਚ ਭੁੱਲ ਜੂਗਾ। ਹਰਿਆਣੇ ਦਾ ਬਹੁਤ ਵੱਡਾ ਸਾਨੂੰ ਸਾਥ ਹੈ। ਸਭ ਤੋਂ ਵੱਡੀ ਗੱਲ ਜਿਹੜੀ ਸਮਝਣ ਵਾਲੀ ਹੈ, ਇਹ ਹਰਿਆਣੇ ਦੇ ਵੀਰੋ ਤੁਹਾਨੂੰ ਸਮਝਣੀ ਪੈਣੀ ਹੈ। ਜਿਹੜੀ ਮੋਦੀ ਸਰਕਾਰ ਹੈ, ਇੱਥੇ ਖੱਟੜ ਸਰਕਾਰ ਹੈ, ਵੈਸੇ ਤਾਂ ਹੁਣ ਫੱਟੜ ਸਰਕਾਰ ਹੋ ਗਈ, ਇਹ ਇਹਨੇ SYL ਦਾ ਭੂਤ ਛੱਡਤਾ ਨਹਿਰ ਦਾ। ਜਦੋਂ ਪੰਜਾਬ ਵਿੱਚ ਅਕਾਲੀ ਸਰਕਾਰ ਸੀ, ਸੈਂਟਰ ਵਿੱਚ ਵੀ ਮੋਦੀ ਸਰਕਾਰ ਸੀ, ਉਸ ਵੇਲੇ ਕੋਈ ਨਹੀਂ ਬੋਲਿਆ ਹੈ। ਉਸ ਵੇਲੇ ਤਾਂ ਤਿੰਨੇ ਪਾਸੇ ਸਰਕਾਰਾਂ ਅਕਾਲੀ ਦਲ ਦੀਆਂ ਸੀ, ਭਾਜਪਾ ਦੀਆਂ ਸੀ। ਹੁਣ ਇਹਨਾਂ ਨੇ ਆਪਣੇ ਸੰਘਰਸ਼ ਨੂੰ ਬੋਧਾ ਕਰਨ ਵਾਸਤੇ, ਛੋਟਾ ਕਰਨ ਵਾਸਤੇ SYL ਦਾ ਇੱਕ ਨਵਾਂ ਭੂਤ ਛੱਡਤਾ। ਜਦੋਂ ਵਾਜਪਾਈ ਸਰਕਾਰ ਸੀ ਉਦੋਂ ਨਹੀਂ ਇਹ ਬੋਲੇ, ਪਿਛਲੇ 4-5 ਸਾਲ ਤੋਂ ਨਹੀਂ ਇਹ ਬੋਲੇ, ਹੁਣ ਸੰਘਰਸ਼ ਵਿੱਚ ਕਿਉਂ ਬੋਲੇ ਨੇ? ਮਸਲੇ ਨਹਿਰ ਦੇ ਵੀ ਹੱਲ ਹੋ ਜਾਣਗੇ, ਜੇ ਸਾਡੇ ਕੋਲ ਜ਼ਮੀਨਾਂ ਰਹਿਣਗੀਆਂ ਤਾਂ ਪਾਣੀ ਦਾ ਅਸੀਂ ਕੁਛ ਕਰ ਪਾਉਂਗੇ। ਇਸ ਕਰਕੇ ਤੁਸੀਂ ਸਾਰੇ ਜਾ ਕੇ ਆਪਣੇ ਆਪਣੇ ਜਿੰਨੇ ਵੀ ਤੁਹਾਡੇ ਯਾਰ ਦੋਸਤ ਉਹਨਾਂ ਨੂੰ ਸਮਝਾਓ ਵੀ ਪਾਣੀ ਨਹਿਰਾਂ ਦੇ ਅਸੀਂ ਕੀ ਪੰਜਾਬ ਨੇ ਵੀ ਕੀ ਪਾਣੀ ਕਰਨਾ, ਫਿਰ ਤੁਸੀਂ ਆਪ ਸੋਚੋ। ਜਾਂ ਸਾਡੇ ਕੋਲ ਜ਼ਮੀਨਾਂ ਹੀ ਨਾ ਰਹੀਆਂ, ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਜ਼ਮੀਨਾਂ ਬਚਾਉਣੀਆਂ ਪੈਣਗੀਆਂ, ਨਹਿਰਾਂ ਦੇ ਮਸਲੇ ਵੀ ਹੱਲ ਹੋਣਗੇ। ਜਿੱਦਾਂ ਹਰਿਆਣੇ ਨੇ ਪੰਜਾਬ ਨੂੰ ਹੱਥ ਅੱਡ ਕੇ ਜੱਫੀ ਪਾਈ ਹੈ, ਨਹਿਰ ਕੀ ਵੱਡੀ ਚੀਜ਼ ਹੈ। ਇਸ ਕਰਕੇ ਵੀਰੋ ਤੁਸੀਂ ਸੁਚੇਤ ਰਹੋ, ਇਸ ਸੰਘਰਸ਼ ਨੂੰ ਸਭ ਤੋਂ ਉੱਪਰ ਲੈ ਕੇ ਜਾਓ। ਹਰਿਆਣੇ ਦਾ ਬਹੁਤ ਵੱਡਾ ਰੋਲ ਹੈ, ਅਸੀਂ ਨਹੀਂ ਭੁੱਲ ਸਕਦੇ, ਕੋਈ ਵੀ ਪੰਜਾਬੀ ਨਹੀਂ ਭੁੱਲੂਗਾ ਕਿਵੇਂ ਬਾਰਡਰਾਂ 'ਤੇ ਹਰਿਆਣੇ ਨੇ ਸਾਡਾ ਸਾਥ ਦਿੱਤਾ, ਕਿਵੇਂ ਪੁਲਿਸ ਦੇ ਨਾਲ ਅਸੀਂ ਲੜੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।